ਹਿੰਦੀ ਇੱਕ ਗਰੀਬ ਬੋਲੀ ਹੈ ਤੇ ਪੰਜਾਬੀ ਇੱਕ ਅਮੀਰ ਬੋਲੀ ਹੈ ਜਿਸ ਕੋਲ ਕਿਸੇ ਗੱਲ ਨੂੰ ਪ੍ਰਗਟ ਕਰਨ ਲਈ ਅਥਾਹ ਸਮਰੱਥਾ ਹੈ ਪੰਜਾਬੀ ਬੋਲੀ ਵਿੱਚ ਕਿਰਿਆਵਾਂ ਵੀ ਬਹੁਤ ਹਨ ਹਿੰਦੀ ਵਿੱਚ ਕਹਿਣਗੇ ਨੰਬਰ 1 RAM ਨੇ ਸ਼ਾਮ ਕੇ ਵਾਲ ਕੱਟ دیے ਨੰਬਰ 2 शाम ने खरबूजा काट दिया नंबर तीन चूहे ने रस्सी काट दी नंबर चार गीता ने सीता की बात काट दी नंबर पांच गोपाल को कुत्ते ने काट लिया नंबर छे गोपी को सांप ने काट लिया ਇੰਜ ਹਿੰਦੀ ਵਾਲਿਆਂ ਕੋਲ ਬਹੁਤ ਸਾਰੀਆਂ ਕਿਰਿਆਵਾਂ ਲਈ ਇੱਕੋ ਸ਼ਬਦ ਘਟਨਾ ਹੈ ਹਰ ਥਾਂ ਘਾਟਨਾ ਸ਼ਬਦ ਵਰਤੀ ਜਾਂਦੇ ਹਨ ਪਰ ਪੰਜਾਬੀ ਵਿੱਚ ਹਰ ਕਿਰਿਆ ਲਈ ਇੱਕ ਵੱਖਰਾ ਮੁਕੰਮਲ ਤੇ ਸਮਰਥ ਸ਼ਬਦ ਮਿਲਦਾ ਹੈ ਜਿਵੇਂ ਨੰਬਰ 1 RAM ਨੇ ਸ਼ਾਮ ਦੇ ਵਾਲ ਮੁੰਨ ਦਿੱਤੇ ਵਾਲ ਕੱਟੇ ਨਹੀਂ ਜਾਂਦੇ ਮੁੰਨੇ ਜਾਂਦੇ ਨੇ ਮੁੰਨਣਾ ਕਿਰਿਆ ਹੈ ਨੰਬਰ 2 ਸ਼ਾਮ ਨੇ ਖਰਬੂਜਾ ਚੀਰ ਦਿੱਤਾ ਖਰਬੂਜਾ ਕਟਿਆ ਨਹੀਂ ਜਾਂਦਾ ਚੀਰਿਆ ਜਾਂਦਾ ਹੈ ਚੀਰਨਾ ਕਿਰਿਆ ਹੈ ਨੰਬਰ 3 ਚੂਹੇ ਨੇ ਰੱਸੀ ਟੋਕ ਦਿੱਤੀ ਰੱਸੀ ਕੱਟੀ ਨਹੀਂ ਜਾਂਦੀ ਟੁੱਕੀ ਜਾਂਦੀ ਹੈ ਟੁਕਣਾ ਕਿਰਿਆ ਹੈ ਨੰਬਰ 4 ਗੀਤਾ ਨੇ ਸੀਤਾ ਦੀ ਗੱਲ ਟੋਕ ਦਿੱਤੀ ਗੱਲ ਕੱਟੀ ਨਹੀਂ ਜਾਂਦੀ ਟੋਕੀ ਜਾਂਦੀ ਹੈ ਟੋਕਣਾ ਕਿਰਿਆ ਹੈ ਨੰਬਰ 5 ਗੋਪਾਲ ਨੂੰ ਕੁੱਤੇ ਨੇ ਵੱਢ ਲਿਆ ਕੁੱਤਾ ਕੱਟਦਾ ਨਹੀਂ ਵੱਢਦਾ ਹੈ ਵੱਡਣਾ ਕਿਰਿਆ ਹੈ ਨੰਬਰ 6 ਗੋਪਾਲ ਨੂੰ ਸੱਪ ਨੇ ਡੰਗ ਲਿਆ ਸੱਪ ਡੰਗਦਾ ਹੈ ਕੱਟਦਾ ਨਹੀਂ ਡੰਗਣਾ ਕਿਰਿਆ ਹੈ ਕਿੰਨੇ ਅਪਹਾਗੇ ਨੇ ਉਹ ਲੋਕ ਜੋ ਪੰਜਾਬੀ ਵਰਗੀ ਅਮੀਰ ਬੋਲੀ ਨੂੰ ਤਿਆਗ ਕੇ ਗਰੀਬ ਬੋਲੀ ਮਗਰ ਭੱਜੇ ਫਿਰਦੇ ਨੇ ਪੰਜਾਬੀ ਬੋਲੀ ਦਾ ਉਪਾਸ਼ਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ